ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੰਮ੍ਰਿਤ ਵੇਲੇ ਤੋਂ ਹੀ ਧੁਰਕੀ ਬਾਣੀ ਦੇ ਪ੍ਰਵਾਹ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇਸ਼ ਵਿਦੇਸ਼ ਤੋਂ ਹਾਜ਼ਰੀਆਂ ਭਰ ਨਤਮਸਤਕ ਹੋ ਰਹੀਆਂ ਨੇ। ਇਸ ਖਾਸ ਮੌਕੇ ਉੱਤੇ ਨਿਊਜ਼ੀਲੈਂਡ 'ਚ ਵਿਰੋਧੀ ਧਿਰ ਦੇ ਨੇਤਾ ਸਾਈਮਨ ਜੋਸਫ ਵੀ ਆਪਣੇ ਹੋਰ ਸਾਥੀ ਨੇਤਾਵਾਂ ਨਾਲ ਗੁਰੂ ਦਰਬਾਰ ਵਿੱਚ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਉਚੇਚੇ ਤੌਰ ਉੱਤੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ ਤੇ ਇਸ ਪਵਿੱਤਰ ਅਸਥਾਨ 'ਤੇ ਆ ਕੇ ਉਹਨਾਂ ਨੂੰ ਬਹੁਤ ਸ਼ਾਂਤੀ ਮਿਲੀ ਹੈ। Great pleasure to be here today. I've come all the way from New Zealand to be here at this most holy of temples in the world. And the reason I have come is because it has been my long felt, heartfelt desire to be here and to experience this. That's ever since I've known my friends to both side of me, Kamaljit Bakshi, a highly respected Indian, a member of parliament in New Zealand, the first Sikh Indian member of parliament in New Zealand. We have talked about coming here many, many times. And Puran Singh, my close friend, who I've been with in temples in New Zealand, all over our country. And we have talked about this day when we would come here and experience this. For me, it is such a privilege because as a member of parliament for over a decade in New Zealand, and now the leader of New Zealand's biggest political party, the National Party, I have many, many Sikh friends. In the communities that I live in, the Sikh community is very strong. Many have moved to New Zealand for over 100 years and contributed a lot. And it's special for me because I know it will be special for them that I am here at this most holy of temples. So this is fulfilling for me a very long held desire to be here. It's exciting, it's a privilege to be here today. ਇਸ ਮੌਕੇ ਜੋਸਫ ਦੇ ਨਾਲ ਨਿਊਜ਼ੀਲੈਂਡ ਦੇ ਪਹਿਲੇ ਸਿੱਖ MP ਕਮਲਜੀਤ ਸਿੰਘ ਵੀ ਮੌਜੂਦ ਸਨ। ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਸਿੱਖ ਲੜਕੀ ਦਾ ਜੋ ਧਰਮ ਪਰਿਵਰਤਨ ਕਰਵਾਇਆ ਗਿਆ ਹੈ ਉਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਨਿਊਜ਼ੀਲੈਂਡ 'ਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਉੱਥੇ ਆਉਣ ਵਾਲੇ ਪੰਜਾਬੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣਗੇ। ਦੇਖੋ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਹਿਊਮਨ ਰਾਈਟਸ ਜਿਹੜਾ ਹੈਗਾ ਉਹ ਸਾਰਿਆਂ ਲਈ ਪੂਰੀ ਦੁਨੀਆ ਦੇ ਵਿੱਚ ਹਰ ਕਿਸੇ ਨੂੰ ਹੱਕ ਹੋਣਾ ਚਾਹੀਦਾ, ਫਰੀਡਮ ਹੋਣੀ ਚਾਹੀਦੀ ਹੈ ਕਿ ਉਹ ਕਿਹੜੇ ਰਿਲੀਜਨ ਨੂੰ ਬਿਲੋਂਗ ਕਰਦਾ ਔਰ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਾਲ ਜੋ ਪੁਰਾਣੇ ਜ਼ਮਾਨਿਆਂ 'ਚ ਇਹ ਚੀਜ਼ਾਂ ਹੁੰਦੀਆਂ ਸਨ ਉਹ ਸਮੇਂ ਬੀਤ ਚੁੱਕੇ ਨੇ। ਅੱਜ ਦਾ ਟਾਈਮ ਜਿਹੜਾ ਹੈਗਾ ਉਹ ਇੰਡੀਪੈਂਡੈਂਟ ਲੋਕਾਂ ਨੂੰ ਆਪਣੇ ਵਿਚਾਰ ਆਪਣੀ ਇੱਛਾ ਪ੍ਰਗਟ ਕਰਨ ਦਾ ਹੈਗਾ ਅਤੇ ਮੈਂ ਇਸਨੂੰ ਕੜੇ ਸ਼ਬਦਾਂ 'ਚ ਇਹਦੇ 'ਚ ਨਿੰਦਾ ਕਰਦਾ ਵਾਂ ਔਰ ਉਮੀਦ ਕਰਦਾ ਵਾਂ ਕਿ ਹਰ ਕਿਸੇ ਨੂੰ ਪੂਰੀ ਦੁਨੀਆ ਵਿੱਚ ਹੱਕ ਹੋਵੇ ਕਿ ਉਹ ਆਪਣੇ ਰਿਲੀਜਨ ਨੂੰ ਫਰੀਡਮ ਨਾਲ ਉਸ ਨੂੰ ਅਪਣਾ ਸਕੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਦੀ ਰਿਪੋਰਟ, ਦਰਸ਼ਨ TV।